ਹਾਂਜੀ ਦੋਸਤੋ, ਕੀ ਹਾਲ ਚਾਲ? ਮੈਂ ਅਖਲੇਰ, ਤੁਸੀਂ ਜਿਹੜੇ ਅਖਲੇਰ YT FS 42 ਇੱਕ ਕੁਰਕੈਂਟ 'ਚ ਨਵੀਂ ਵੀਡੀਓ 'ਚ ਉੱਤਰ ਤੋਂ ਵੈਲਕਮ ਹੈ। ਅਤੇ ਪਿਛਲੀ ਵੀਡੀਓ ਤੁਸੀਂ ਦੇਖੀ, ਆਪਾਂ ਕੰਬਾਈਨ ਲੈ ਕੇ ਗਏ ਸੀ, ਉਹ ਵਾਲੇ ਆਪਾਂ 10 ਮਿੰਟ ਰੋਕ ਕੇ ਵੱਢਾਂਗੇ ਕਿਉਂਕਿ ਉਹ 'ਚ ਥੋੜ੍ਹੀ ਜਿਹੀ ਕੰਬਾਈਨ 'ਚ ਦਿੱਕਤ ਹੈ, ਠੀਕ ਹੈ। ਬਾਕੀ ਹੁਣ ਆਪਾਂ ਸਿਮਰ ਤੋਂ ਮੰਗੀ ਹੈ ਬੇਲਸ ਬਣਾਉਣ ਵਾਲੀ ਮਸ਼ੀਨ, ਤਾਂ ਕਿ ਸਾਈਲੇਜ ਬਣਾ ਕੇ ਆਪਾਂ ਆਪਣੇ ਡੰਗਰਾਂ 'ਤੇ ਲਿਆ ਸਕੀਏ ਗਾਵਾਂ ਵਾਸਤੇ। ਉਹ ਹੁਣ ਲੈ ਕੇ ਆਉਂਦੇ ਹਾਂ, ਮੰਗੀ ਹੈ ਚੀਜ਼ ਅਗਲਾ ਮਗਰੋਂ ਮੁੱਕਰ 'ਚ ਕੀ ਫਾਇਦਾ ਹੈ। ਆਪਾਂ ਕੰਮ ਕਰ ਲਈਏ, ਟਾਈਮ ਦੇ ਵੇਟ ਲਈਏ। ਚਲੋ ਫਿਰ ਚੱਲਦੇ ਹਾਂ। ਬਾਕੀ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ, ਚੈਨਲ ਨੂੰ ਸਪੋਰਟ ਕਰਿਓ। ਆਪਾਂ ਇਹ ਰਸਤਾ ਉਹੀ ਹੈ ਮੁੰਡੇ, ਅਤੇ ਕੰਬਾਈਨ ਆਪਣੀ ਦਿੱਕਤ ਆ ਗਈ ਸੀ। ਦਿੱਕਤ ਕੀ ਕੁਛ ਭਾਈ, ਪਤਾ ਕੀ ਇਹ ਮੰਨਵੇ ਇਹ ਰਸਤਾ ਨਾ, ਆਪਾਂ ਘਰ ਉਦੋਂ ਗਲਤ ਥੋੜ੍ਹਾ ਜਿਹਾ ਲੈ ਗਿਆ। ਆਪਾਂ ਇਹ ਸਿਮਰ ਵਾਲਾ ਫਾਰਮ 'ਤੇ ਥੋੜ੍ਹੀ ਜਿਹੀ ਹੈਗਾ ਸੀ ਆਪਣਾ ਮਨ ਵੀ ਇਹ ਫਾਰਮ 'ਚ, ਫਿਰ ਮੈਂ ਉਹ ਫਾਰਮ ਦੇ ਗਿਆ। ਚਲੋ ਮਸ਼ੀਨ ਖੜ੍ਹੀ ਆ, ਉਹਨੂੰ ਪੁੱਛਿਆ ਹੋਇਆ ਮੈਂ ਔਲਰੇਡੀ, ਅਤੇ ਜਿਹੜਾ ਉਹਦੀ ਮਸ਼ੀਨ ਖੜ੍ਹੀ ਹੋਈ ਹੈ ਬੇਲਸ ਬਣਾਉਣ ਵਾਲੀ, ਉਹ ਆਪਾਂ ਲੈ ਕੇ ਚੱਲਦੇ ਹਾਂ। ਆਪਣਾ ਖੇਤ ਨੇੜੇ ਹੀ ਹੈ, ਕੋਈ ਦਿੱਕਤ ਹੈ।
ਬਣਾਉਂਗਾ ਠੀਕ ਹੈ ਕਿਉਂਕਿ ਇੰਨੀਆਂ ਜ਼ਿਆਦਾ ਬੇਲਸ ਲਈ ਆਪਾਂ ਨੂੰ ਬਾਹਰ ਨਹੀਂ ਖਾਣੀ
ਹੈਗਾ ਵੀ ਇਹ ਲੋੜ ਪਈ ਹੈ ਨਾ। ਆਪਣੇ ਮੁੰਡੇ ਆਪ ਦੋ ਕਿਹੜੇ ਰਹਿ ਗਏ, ਇਹੀ ਆ ਵੀ ਆਪਾਂ ਬਣਾਉਂਦੇ ਹਾਂ। ਜੇ ਅਗਰ ਲੋੜ ਪਈ ਤਾਂ ਫਿਰ ਕਦੇ ਬਣਾ ਲਾਂਗੇ ਅਗਲੀ ਵਾਰ, ਦੁਬਾਰਾ ਘਰ 'ਚ ਹੋਣਾ ਨਹੀਂ। ਅਗਰ ਦੁਬਾਰਾ ਹੋਏਗਾ ਦੁਬਾਰਾ ਬਣਾ ਲਾਂਗੇ ਜੇ ਲੋੜ ਪਈ। ਹਾਲੇ ਆਪਾਂ ਨੂੰ ਡਰੈਕਟ ਮੇਰਾ ਘਾਹ ਹੀ ਚਾਹੀਦਾ ਬੱਚਿਆਂ ਵਾਸਤੇ, ਉਹ ਆਪਾਂ ਆਪਣੀ ਮਸ਼ੀਨ ਲਿਆਉਣੀ ਹੈ ਚੱਕਣ ਵਾਲੀ, ਠੀਕ ਹੈ। ਉਹ ਪਰਾਲਾ ਜਿਹਾ ਹੁੰਦਾ ਬਟ ਉਹਦਾ ਹਜੇ ਥੋੜ੍ਹਾ ਜਿਹਾ ਬਜਟ ਜਿਹਾ ਆਪਣਾ ਕੀਆ ਹੋਇਆ, ਉਹ ਲਿਆਵਾਂਗੇ ਆਪਾਂ। ਬਾਕੀ ਦੇਖ ਲਾਂਗੇ ਜੇ ਲੋੜ ਪਈ ਅਤੇ ਕਿਰਾਏ 'ਤੇ ਇੱਕਰਾ ਲੈ ਆਵਾਂਗੇ, ਮਗਰੋਂ ਫਿਰ ਆਪਣੀ ਪਰਚੇਜ਼ ਕਰ ਲਾਂਗੇ ਜਦੋਂ ਚਾਰ ਪੈਸੇ ਹੋਏ। ਦੱਸੋ ਦੇਖਣ ਗਏ ਤਾਂ ਕੱਲ੍ਹ ਨੂੰ ਜਾਵਾਂਗੇ, ਅੱਜ ਤਾਂ ਹਾਲੇ ਜਾਇਆ ਹੀ ਹੈ ਨਾ।
चल सिरा चल चल लैन बन गई अपना जहा इशू बन गया पर अपना देख रहे की बनता की नहीं बनता ਕਰਾਈਮ 100% ਕਰ ਲਈਏ ਆਪਾਂ ਹੁਣ ਥੋੜ੍ਹੀ ਜਿਹੀ ਚੱਲ ਪਰਲੇ ਕਿਤੇ ਲਾ ਦਈਏ ਲੈਣ ਕੋਈ ਦਿੱਕਤ ਨਹੀਂ ਕੋਈ ਚੱਕ ਲੈ ਉਹਨਾਂ ਦੇ ਬੇਲ ਦੇ ਸਿਮਰ ਦੀ ਠੀਕ ਹੈ ਬਾਕੀ ਕੱਲ੍ਹ ਨੂੰ ਦੇਖ ਕੇ ਆਵਾਂਗੇ ਨਵਾਂ ਟਰੈਕਟਰ ਬਾਕੀ ਫਿਰ ਤੁਸੀਂ ਵੀ ਦੱਸਿਓ ਕਮੈਂਟ ਕਰਕੇ ਕਿਵੇਂ ਲੱਗਾ ਅਤੇ ਬਾਕੀ ਠੀਕ ਹੈ ਮੁੰਡਾ ਅੱਜ ਦੀ ਵੀਡੀਓ ਇੱਥੇ ਐਂਡ ਕਰਦੇ ਹਾਂ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਕੁਛ ਵੀ ਵਧੀਆ ਲੱਗਿਆ ਹੋਵੇ ਠੀਕ ਹੈ ਅਤੇ ਮਿਲਦੇ ਹਾਂ ਫਿਰ ਤੁਹਾਨੂੰ ਅਗਲੀ ਵੀਡੀਓ 'ਚ